गल अमृतसर की करांगे। रणजीत एवन्यू इलाके दे विचों धमाका खेज समगरी मिली है और यह समगरी एक गड्डी दे हेठों मिली है और एक पुलिस अधिकारी जिहड़ा पुलिस ऑफिसर है उसकी गड्डी दे हेठों जिहड़ी है धमाका खेज समगरी मिली। इलाके दे विच सनसनी माहौल दहशत वाला सी, हालांकि बम निरोधक दस्ते ने अपने जिहड़ा है कब्जे च लैके इस नूं अगे जांच दे लई भेज दिता है। तो असी खड़े हाँ रणजीत एवन्यू इलाके दे विच, तुहानू दस दईए कि दिलबाग सिंह जिहड़े सब इंस्पैक्टर हैगे ने उन्हां दे घरों जिन्हां दे घरों बॉम्ब मिलिया हैगा जां विस्फोटक समगरी असी कह सकदे हां साडे नाल मौजूद ने। दिलबाग जी की चीज़ सीगी उह, थोड़ा जिहा विस्तार नाल जरूर बोलिया। उन्हें रात नूं लाया वा गड्डी दे थल्ले ते तुहानू पता वी उह जिहड़ा हैगा वा आईडी आईडी हुंदा उह वा। सर मैं ये पूछना चाह रहा सीगा कोई अपनी पुरानी रंजे सीगी जां कोई मुल्जमां नूं फड़िया होए उन्होंने छेड़ कड्डी होए जां दहशत दा माहौल पहला साडे फादर नूं अत्तवादियां ने मारिया वा, साडे होर वी परिवार दे जी मारे आ जी जी, ओहदे करके हो सकदा कोई उन्हां दी पुरानी होवे रंजे च, मैनूं नहीं पता। कोई कॉल आई होवे, कोई धमकी भरी, कोई कुछ? कॉल आई ही, आई सीगी उह 5 तरीक नूं आई ही, 5 जून नूं, उह 5 जून नूं मैनूं उन्हां धमकी दित्ती ही ਵੀ ਤੂੰ ਸਾਡੇ ਅੱਤਵਾਦੀਆਂ ਨੂੰ ਮਾਰਦਾ ਰਿਹਾ ਵਾ ਸਿੰਘਾਂ ਸਾਡਿਆਂ ਨੂੰ ਤੇ ਚਲੋ ਸਮੇਂ ਸੈਣੀ ਹੋਰਾਂ ਦੇ ਨਾਲ ਵੀ ਤੁਹਾਡੀ ਡਿਊਟੀ ਰਹੀ ਹੈ ਜੀ? ਬਿਲਕੁਲ, ਉਹਨਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਇਹ ਕੋਈ ਅੱਤਵਾਦੀ ਸੰਗਠਨ ਦੇ ਨਾਲ ਹੀ ਜੁੜੇ ਕੋਈ ਲੋਕ ਹੋ ਸਕਦੇ ਨੇ, ਅੱਤਵਾਦੀ ਸੰਗਠਨ ਨਾਲ ਜੁੜੇ। ਕੈਮਰਾਮੈਨ ਸ਼ੁਭਮ ਦੇ ਨਾਲ ਪਰਮਵੀਰ ਔਲਖ ਦੀ ਮੀਡੀਆ ਅੰਮ੍ਰਿਤਸਰ। ਸੋ ਅੰਮ੍ਰਿਤਸਰ ਦੇ ਵਿੱਚ ਮਿਲੀ ਇਸ ਧਮਾਕਾ ਖੇਜ ਸਮੱਗਰੀ ਤੋਂ ਬਾਅਦ ਜਿੱਥੇ ਜਿਸ ਪੁਲਿਸ ਅਧਿਕਾਰੀ ਦੇ ਗੱਡੀ ਹੇਠੋਂ ਸਮੱਗਰੀ ਮਿਲੀ ਹੈ ਉਹਨਾਂ ਨਾਲ ਗੱਲਬਾਤ ਜਿਹੜੀ ਅਸੀਂ ਮੀਡੀਆ ਦੀ ਟੀਮ ਨੇ ਕੀਤੀ ਹੈ, ਇਸ ਤੋਂ ਇਲਾਵਾ ਪੁਲਿਸ ਦੇ ਹੋਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦਾ ਕੀ ਕਹਿਣਾ ਉਹ ਵੀ ਸੁਣਦੇ ਹਾਂ। ਪਰ ਇੱਥੇ ਦਿਲਬਾਗ ਸਿੰਘ ਹੋਰਾਂ ਨੇ ਜਿਹੜੀ ਸਟੇਟਮੈਂਟ ਦਰਜ ਕਰਾਈ ਹੈ ਕਿ ਪਹਿਲਾਂ ਵੀ ਜਿਹੜੇ ਧਮਕੀ ਵਾਲੇ ਫੋਨ ਆਉਂਦੇ ਰਹੇ ਆ ਅਤੇ ਧਮਕੀ ਜਿਹੜੀ ਹੈ ਲਾਸਟ 5 ਜੂਨ ਨੂੰ ਵੀ ਫੋਨ ਆਇਆ ਸੀ, ਉਹਨਾਂ ਨੇ ਕਿਹਾ ਸੀ ਤੂੰ ਸਾਡੇ ਬੰਦੇ ਤੋਂ ਅੱਤਵਾਦੀ ਮਾਰਦਾ ਰਿਹਾ। ਸੋ ਉਹ ਇਹ ਜਿਹੜੀ ਕੜੀ ਜੁੜ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਸੁਮੇਸ਼ ਸੈਣੀ ਹੋਰਾਂ ਦੇ ਨਾਲ ਡਿਊਟੀ ਰਹੀ ਹੈ ਅਤੇ ਕਿਸੇ ਹੋਰ ਸੰਗਠਨ ਦਾ ਵੀ ਉਹਨਾਂ ਨੇ ਸ਼ੱਕ ਜ਼ਾਹਰ ਕੀਤਾ। ਸੋ ਇਸ ਤੋਂ ਬਾਅਦ ਸੀਨੀਅਰ ਪੁਲਿਸ ਅਫਸਰਾਂ ਦਾ ਕੀ ਕਹਿਣਾ ਉਹ ਸੁਣਦੇ ਹਾਂ। ਉਹਨਾਂ ਦੇ ਘਰ ਦੇ ਅੱਗੇ ਜਿਹੜੀ ਗੱਡੀ ਪਾਰਕ ਕਰਦੇ ਆ, ਜਿਹੜੀ ਗੱਡੀ ਪਾਰਕ ਹੈ ਉਹਦੇ ਥੱਲੇ ਇੱਕ ID ਮਿਲੀ ਹੈ ਔਰ ਇਸ ਇਤਲਾਹ 'ਤੇ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਹੈਗਾ ਐਕਸਪਲੋਸਿਵ ਐਕਟ ਦਾ ਪਰਚਾ ਰਣਜੀਤ ਰੈਵਨਿਊ 'ਚ ਰਜਿਸਟਰ ਕੀਤਾ ਗਿਆ ਹੈਗਾ। ਦੇਖੋ ਜਿਹੜੀ ID ਦੇ ਵਿੱਚ ਮਟੀਰੀਅਲ ਮਿਲਿਆ ਹੈਗਾ ਉਹਦਾ ਫੋਰੈਂਸਿਕ ਐਗਜ਼ਾਮੀਨੇਸ਼ਨ ਜ਼ਰੂਰੀ ਹੈ, ਕਿਸ ਤਰ੍ਹਾਂ ਦਾ ਐਕਸਪਲੋਸਿਵ ਹੈਗਾ, ਕੀ ਉਹਦੀ ਬਣਤਰ ਹੈਗੀ, ਉਹ ਜਿਹੜੀ ਰਿਪੋਰਟ ਆਏਗੀ ਲੈਬ ਦੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਾਂਗੇ ਔਰ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ।